ਲੇ ਵੀ ਜਿਹੜੇ ਸਿੱਧੂ ਮੂਸੇ ਵਾਲੇ ਤੋਂ ਕਹਿੰਦੇ ਆ ਵੀ ਇਨਸਾਫ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਬਸ ਕੱਲ ਪਰਸੋ ਤੱਕ ਉਹਨੂੰ ਇਨਸਾਫ ਮਿਲ ਜਾਣਾ ਹੁਣ ਮੈਂ ਗੱਲ ਪਹਿਲਾਂ ਜਿਹੜੀ ਪੂਰੀ ਸੁਣਾਉਣੀ ਆ ਉਹ ਸੁਣ ਲੋ ਜੇ ਉਦੋਂ ਪਹਿਲਾਂ ਗੱਲ ਸੁਣਾਉ ਲੱਗਾ ਜਿਹੜਾ ਆਪਣਾ ਅੰਮ੍ਰਿਤ ਮਾਨ ਆ ਕਲਾਕਾਰ ਮੀਤ ਹੇਅਰ ਦੇ ਆ ਵਿਆਹ ਦੇ ਵਿੱਚ ਖਾੜਾ ਲਾਇਆ ਸੀ ਇਹਨੇ ਖਾੜਾ ਲਾਇਆ ਰੱਬ ਜਾਣੇ ਨਹੀਂ ਲਾਇਆ ਦਾ ਫਰੈਂਡ ਆ ਹੋ ਕਿਨੇ ਗਾਣਾ ਗਾਇਆ ਢੋਲ ਪਿੱਛੇ ਵਜਦਾ ਪਹਿਲਾਂ ਨੇ ਕਿਹਾ ਤਾਰੇ 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 ਉੱਥੇ ਆਪਣਾ ਇੱਕ ਮੰਤਰੀ ਐ ਸਪੀਕਰ ਖਣੀ ਆਪਣਾ ਜਿਹੜਾ ਉਹ ਉਹ ਐ ਕਰ ਲੱਗਿਆ ਵਿਚਾਰਾ ਉੱਥੇ ਹੱਥ ਰਹਿ ਗਿਆ ਫਿਰ ਦੂਜੀ ਵਾਰੀਆਂ ਦਾ ਤਾਰੇ 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 ਉਹ ਸਾਰੇ ਮੰਤਰੀਆਂ ਨੂੰ ਆਲੇ ਉਰੇ ਇਕੱਠੇ ਹੋ ਜੋ ਆਖੇ ਇਕੱਠੇ ਹੋ ਜੋ ਫਿਰ ਉਹ ਇਕੱਠੇ ਹੋ ਗਏ ਫਿਰ ਤੀਜੀ ਵਾਰੀ ਉਹਨੇ ਕਿਹਾ ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਸਾਰੇ ਚੀਕਾਂ ਮਾਰਨ ਲੱਗ ਗਏ ਮੈਂ ਇਹ ਵੀ ਕਹਿ ਦੇਵਾਂ ਜਿਹੜੇ ਐਸਸੀ ਲੋਕ ਧਰਨਾ ਲਈ ਬੈਠੇ ਆ ਕਿ ਜਿਨ੍ਹਾਂ ਨੇ ਕਹਿੰਦੇ ਵੀ ਸਾਨੂੰ ਇਨਸਾਫ ਚਾਹੀਦਾ ਜਿਨ੍ਹਾਂ ਨੇ ਐਸਸੀ ਸਰਟੀਫਿਕੇਟ ਬਣਾਏ ਆ ਉਹਨਾਂ ਨੂੰ ਵੀ ਮੈਂ ਕਹਿ ਦੇਵਾਂ ਤੇ ਜਿਨ੍ਹਾਂ ਨੇ ਬਣਵਾਉਣੇ ਆ ਉਹਨਾਂ ਵਾਸਤੇ ਮੈਂ ਗੱਲ ਕਹਿ ਦੇਵਾਂ ਚਾਹੇ ਕੋਈ ਜਰਨਲ ਕੈਟਾਗਰੀ ਦਾ ਵੀਰ ਕੋਈ ਉਹ ਐਸਸੀ ਸਰਟੀਫਿਕੇਟ ਬਣਾਉਣ ਨੂੰ ਫਿਰਦਾ ਹੋਵੇ ਉਹ ਸੁਣ ਲਵੇ ਤਾਰੇ 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 ਐਸ ਸੀ ਸਰਟੀਫਿਕੇਟ ਬਣਾਉਣਾ ਹੋਇਆ ਤਾਂ ਦੱਸ ਦੀ ਇਹ ਨੁਕਤੇ ਆਉਂਦੇ ਆ ਅੰਮ੍ਰਿਤਮਾਨ ਦੇ ਪਿਓ ਨੂੰ ਸਾਰੇ ਇਹ ਯਾਦ ਰੱਖ ਲੋ ਗੱਲ ਹੁਣ ਮੈਂ ਗੱਲ ਸ਼ੁਰੂ ਕਰ ਲੱਗਿਆ ਅੰਮ੍ਰਿਤਮਾਨ ਜਿਹੜਾ ਕਦੇ ਮੂਸੇ ਵਾਲੇ ਦੇ ਨਾਲ ਗਾਣੇ ਗਾਉਂਦਾ ਹੁੰਦਾ ਸੀ ਮੈਨੂੰ ਵੀ ਕਿਸੇ ਸੱਜਣ ਦਾ ਫੋਨ ਆਇਆ ਤੇ ਮੈਨੂੰ ਪਤਾ ਲੱਗਿਆ ਤੇ ਮੈਂ ਲਿੰਕ ਵੇਖਿਆ ਮੈਂ ਕਿ ਕਮਾਲ ਹੋ ਗਈ ਯਾਰ ਇਹ ਕਹ ਰਿਹਾ ਕੰਮ ਹੋਵੇ ਜਿਹੜਾ ਕਹਿੰਦਾ ਵੀ ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਉਸੇ ਤਰ੍ਹਾਂ ਤੇਰਾ ਯਾਰ ਸੀ ਸਿੱਧੂ ਮੂਸੇ ਵਾਲਾ ਉਹਦਾ ਜਮਾ ਬਾਪ ਵਿਲਕਦਾ ਫਿਰਦਾ ਉਹਦੀ ਦੀਵਾਲੀ ਉਹਦੀ ਲੋਹੜੀ ਉਹਦੇ ਸਾਰੇ ਤਿਹਾਰ ਮਾਰੇ ਗਏ ਆ ਉਹ ਰੋਂਦਾ ਫਿਰਦਾ ਪਤਾ ਨਹੀਂ ਨੀਂਦ ਵੀ ਉਹਨਾਂ ਨੂੰ ਆਉਂਦੀ ਹੋਣੀ ਆ ਕਿ ਨਹੀਂ ਆਉਂਦੀ ਹੋਣੀ ਅਮਰਤਮਾਨ ਫੋਨ ਉਹਨਾਂ ਨੂੰ ਤੂੰ ਮਾਰ ਕਿ ਤੁਹਾਨੂੰ ਸ਼ੱਕ ਕੀਦੇ ਤੇ ਆ ਮੇਰੇ ਯਾਰ ਮੰਤਰੀ ਸਾਰੇ ਤੇ ਉਹ ਸਾਰੇ ਮੰਤਰੀਆਂ ਨੂੰ ਕਹਿ ਕੇ ਮੂਸੇ ਵਾਲੇ ਨੂੰ ਇਨਸਾਫ ਦਿਵਾ ਨਾਲ ਮੈਂ ਇਹ ਵੀ ਕਹਿ ਦੇਵਾਂ ਕਿ ਮੈਨੂੰ ਜਦੋਂ ਕਿਸੇ ਪੱਤਰਕਾਰ ਨਾਲ ਮੇਰੀ ਗੱਲ ਹੋਈ ਸੀ ਆਪਣੇ ਮਖੂਜੀ ਦਾ ਫੋਨ ਆਇਆ ਸੀ ਉਹ ਆਂਦੇ ਵੀ ਵੀ ਇਹ ਇਹਨਾਂ ਦੀ ਤਾਂ ਪੂਰੀ ਯਾਰੀ ਸੀ ਉਹਨਾਂ ਨਾਲ ਸਿੱਧੂ ਮੂਸੇ ਵਾਲੇ ਨਾਲ ਮੈਂ ਕਿਹਾ ਉਦੋਂ ਯਾਰੀ ਤਾਂ ਪਾਈ ਸੀ ਕਿ ਵੀ ਉਦੋਂ ਪਹਿਲਾਂ ਹਿੱਟ ਤਾਂ ਪੂਰਾ ਸੀਗਾ ਪਰ ਸਿੱਧੂ ਮੂਸੇ ਵਾਲੇ ਦਾ ਜਿਹੜਾ ਕਹ ਲੋ ਚੰਗੇ ਗਾਣੇ ਚੱਲ ਰਹੇ ਸੀ ਚੰਗਾ ਰੁਤਬਾ ਬਣਿਆ ਹੋਇਆ ਸੀ ਉਹਦੇ ਨਾਲ ਮੋਛ ਡਬਲਯੂ ਵਰਗੀ ਗਾਣਾ ਗਾ ਕੇ ਚੱਲ ਅੱਗੇ ਜਿੱਥੇ 2-3 ਲੱਖ ਲੈਂਦਾ ਹੋਊਗਾ ਉੱਥੇ ਰੇਟਰ ਖਾੜੇ ਦਾ 2 ਕੁ ਲੱਖ ਲੱਖ ਡੇਢ ਵਧਾਤਾ ਹੋਣਾ ਜਿਹਨੇ ਵੀ ਸਿੱਧੂ ਮੂਸੇ ਵਾਲੇ ਨੇ ਜਿਹਦਾ ਵੀ ਨਾਮ ਲਿਆ ਸਿੱਧੂ ਮੂਸੇ ਵਾਲੇ ਨੇ ਚਾਹੇ ਉਹ ਜਸਵਿੰਦਰ ਕੌਰ ਹੋਵੇ ਚਾਹੇ ਉਹ ਲਾਬ ਹੀਰਾ ਹੋਵੇ ਸਾਰੇ ਦੇ ਸਾਰੇ ਆਪਦੇ ਰੁਤਬੇ ਤੋਂ ਵੱਧ ਗਏ ਆ ਫਿਰ ਉਸੇ ਤਰ੍ਹਾਂ ਇਹ ਵੀ ਰੁਤਬੇ ਦਾ ਚੱਕਿਆ ਗਿਆ ਹੁਣ ਸਿੱਧੂ ਮੂਸੇ ਵਾਲਾ ਨਹੀਂ ਰਿਹਾ ਤੇ ਹੁਣ ਇਹਨੂੰ ਕੋਈ ਕੰਮ ਹੀ ਨਹੀਂ ਉਹਨਾਂ ਤੱਕ ਹੁਣ ਤਾਂ ਲੋਕਾਂ ਨੂੰ ਆਂਦਾ ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਅੱਛਾ ਮੰਤਰੀ ਉੱਥੇ ਚੀਕਾਂ ਮਾਰੀ ਜਾਂਦੇ ਆ ਮੈਨੂੰ ਲੱਗਦਾ ਆਪਣੇ ਕਿਤੇ ਉਹ ਦੂਜੇ ਤਾਂ ਨਹੀਂ ਸੀਗੇ ਜਿਹੜੇ ਜਿਹੜੇ ਜਿਨ੍ਹਾਂ ਨੇ ਜਾ ਕੇ ਬਿੱਡਾਂ ਦੇ ਪਾਇ ਸੀ ਸਿਹਤ ਮੰਤਰੀ ਜੀ ਉਹ ਵੀ ਉੱਥੇ ਚੀਕਾਂ ਠੋਕੀ ਜਾਂਦਾ ਐਂ ਐ ਕਰੀ ਜਾਂਦਾ ਨਾ ਚਲ ਠੀਕ ਆ ਕੋਈ ਮਾੜੀ ਮੋਟੀ ਭਰਾਵਾ ਖੁਸ਼ੀ ਹੁੰਦੀ ਬੰਦੇ ਨੂੰ ਹਸਪੀਟਲਾਂ ਦੇ ਵਿੱਚ ਤਾਂ ਬਿਨਾਂ ਲਾਜ ਤੋਂ ਮੁਫਤਾਂ ਹੋ ਜਾਂਦੀਆਂ ਉੱਥੇ ਧੀਆਂ ਦੇ ਪਿਓ ਭੈਣਾਂ ਦੇ ਭਰਾ ਮਰੀ ਜਾਂਦੇ ਆ ਤੇ ਜਿਹੜਾ ਕਹ ਲੋ ਧੀਆਂ ਦੀਆਂ ਮਾਵਾ ਮਰੀ ਜਾਂਦੀਆਂ ਪੁੱਤਾਂ ਦੀਆਂ ਮਾਵਾ ਮਰੀ ਜਾਂਦੀਆਂ ਉੱਥੇ ਜਿਹੜਾ ਕਹਿ ਲੋ ਕਈਆਂ ਦੇ ਪੁੱਤ ਦੁਨੀਆ ਛੱਡ ਕੇ ਜਾਈ ਜਾਂਦੇ ਆ ਬਿਨਾਂ ਲਾਜ ਤੋਂ ਉੱਥੇ ਤਾਂ ਤੇਰੀਆਂ ਚੀਕਾਂ ਬੰਦ ਹੋ ਗਈਆਂ ਤੇ ਇੱਥੇ ਚੀਕਾਂ ਪਈ ਜਾਂਦੀਆਂ ਥੋਡੀਆਂ ਮੈਨੂੰ ਸਮਝ ਨਹੀਂ ਆਉਂਦੀ ਥੋੜੀ ਕਰੀ ਕੀ ਜਾਂਦੇ ਆ ਆ ਜਦੋਂ ਆਪਾਂ ਵੇਣੇ ਆ ਵੀ ਆ ਭਾਈ ਮੇਰੇ ਪੁੱਤ ਕੋਲ ਮੇਰਾ ਪੁੱਤ ਬਹੁਤ ਬਿਮਾਰ ਆ ਇਹਦੇ ਇਲਾਜਾਸਤੇ ਪੈਸੇ ਚਾਹੀਦੇ ਆ ਸਾਰੇ ਬਾਹਰਲੇ ਵੀਰਾਂ ਨੂੰ ਬੇਨਤੀ ਆ ਉੱਥੇ ਤਾਂ ਥੋੜੀ ਜਮਾਨੀ ਨਿਕਲਦੀ ਇੱਥੇ ਤੁਸੀਂ ਚੀਕਾਂ ਮਾਰੀ ਜਾਂਦੇ ਆ ਯਾਰ ਮੰਤਰੀ ਸਾਰੇ ਅਖੇ ਕੰਮ ਹੋਇਆ ਕੰਮ ਕੀ ਕਰੋਗੇ ਤੁਸੀਂ ਚਿੱਟਾ ਬੰਦ ਕਰਾ ਦਿਓ ਪੰਜਾਬ ਚੋਂ ਜਿਹੜੀਆਂ ਚਿੱਟੇ ਦੇ ਨਾਲ ਮੌਤਾਂ ਹੋਈ ਜਾਂਦੀਆਂ ਕਰਾਓ ਬੰਦ ਕਹਿ ਦੇ ਪੰਜਾਬ ਤੇਰਾ ਹੀ ਆ ਪੰਜਾਬ ਦੇ ਖਾਈ ਜਾਂਦੇ ਆ ਕਾਹ ਕਹਿ ਦੋ ਕੋਈ ਲੋਕਾਂ ਨਾਲ ਧੱਕੇਸ਼ਾਈ ਹੋਈ ਜਾਂਦੀਆਂ ਬੰਦ ਕਰਾ ਦਿਓ ਕੌਣ ਕਰਾਊਗਾ ਰੇਤ ਦੀ ਤੁਸੀਂ ਗੱਲ ਕਰਦੇ ਸੀ 5.5 ਰੁਪਏ ਫੁੱਟ ਦੀ ਤੇ ਹੁਣ ਜਿਸ ਦਿਨ ਮੈਂ ਰੇਤਾ ਮੰਗਵਾਇਆ ਮੈਂ ਲਾਈਵ ਕਰਕੇ ਪੈਸੇ ਦੇਨੇ ਆ ਉਹਨੂੰ ਭਾਈ ਸਾਹਿਬ ਨੂੰ ਵੀ ਆ ਲੈ ਭਾਈ ਸਾਹਿਬ ਤੇ 41 ਰੁਪਏ ਫੁੱਟ ਰੇਤਾ ਮਿਲਦਾ ਉੱਥੇ ਤੁਹਾਡੀ ਜਮਾਨਤ ਬੰਦ ਹੋਈ ਪਈ ਆ ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਜਿਹੜੇ ਐਸਸੀ ਲੋਕ ਧਰਨਾ ਵਾਲੀ ਬੈਠੇ ਸੀ ਵੀ ਕਿਤੇ ਜਿਨ੍ਹਾਂ ਨੇ ਐਸਸੀ ਸਰਟੀਫਿਕੇਟ ਬਣਾਏ ਆ ਉਹਨਾਂ ਦਾ ਅਸੀਂ ਮਤਲਬ ਜਲੂਸ ਕੱਢ ਦਾਂਗੇ ਜਾਂ ਅਸੀਂ ਸਾਫ਼ ਲੈ ਲਾਂਗੇ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਭੁੱਲ ਜੋ ਗੱਲ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਹਤਾ ਸੀ ਇਹਦਾ ਤੁਹਾਨੂੰ ਕੋਈ ਇਨਸਾਫ਼ ਨਹੀਂ ਮਿਲਣਾ ਉਹ ਤਾਂ ਤੁਹਾਨੂੰ ਕਹੀ ਜਾਂਦਾ ਕੰਮ ਹੋਇਆ ਫੋਨ ਮਾਰਦੀ ਮੇਰੇ ਯਾਰ ਮੰਤਰੀ ਸਾਰੇ ਅੱਜ ਮੈਨੂੰ ਦੱਸੋ ਵੀ ਭਾਈ ਸਾਹਿਬ ਇਨਸਾਫ ਲੋਕਾਂ ਨੂੰ ਕੀ ਮਿਲਣਾ ਜਿੰਨਾ ਫਿਰ ਗੱਲ ਉੱਥੇ ਆ ਗਈ ਤੁਸੀਂ ਪੁੱਛ ਤਾਂ ਸਕਦੇ ਆ ਵੀ ਭਾਈ ਸਾਹਿਬ ਕਿਸੇ ਦਾ ਕੁਝ ਨਹੀਂ ਹੋਇਆ ਕੀ ਨਿਬੜਿਆ ਕਿਸੇ ਦਾ ਕੁਝ ਮੈਂ ਫਿਰ ਤੋਂ ਕਹਿਣਾ ਤੁਹਾਨੂੰ ਬੇਨਤੀ ਕਰਦਾ ਆਪਣੇ ਅਮ੍ਰਿਤਮਾਨ ਜੀ ਤੁਹਾਡਾ ਹੀ ਇੱਕ ਸੱਜਣਾ ਸਿੱਧੂ ਮੂਸੇ ਵਾਲਾ ਜਿਹੜਾ ਇਸ ਦੁਨੀਆ 'ਚ ਨਹੀਂ ਰਿਹਾ ਉਹਦਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਹੁਣ ਤੁਸੀਂ ਬੇਲੀ ਸੀ ਲੋਕ ਤੁਹਾਨੂੰ ਤਾਂ ਕਹਿੰਦੇ ਆ ਤੇ ਜਿਹੜੀਆਂ ਤੁਹਾਡੀਆਂ ਫੋਟੋ ਆ ਉਹ ਜਿਹੜੀਆਂ ਮੇਰੇ ਸਾਹ ਦੇ ਨਾਲ ਇੰਸਟਾਗ੍ਰਾਮ ਜਿਹੜਾ ਮੈਂ ਪੇਜ ਹੈਗਾ ਤੁਹਾਡਾ ਇੰਸਟਾਗ੍ਰਾਮ ਪੇਜ ਤੇ ਤੁਹਾਡੇ ਉਹ ਲੱਗੀ ਆ ਮੈਂ ਤੁਹਾਨੂੰ ਵਿਖਾਉਣਾ ਫੋਟੋ ਮੇਰਾ ਵੀਰ ਫੋਟੋ ਚੈੱਕ ਕਰੀ ਆ ਰਿਹਾ ਇੰਸਟਾਗ੍ਰਾਮ ਤੇ ਆ ਲੈ ਗੋਨਿਆਣੀ ਵਾਲਾ ਅਮ੍ਰਿਤਮਾਨ ਇਹ ਆ ਰਿਹਾ ਆ ਗਈ ਮੇਰੇ ਸੋਹਣੇ ਵੀਰ ਦੀ ਫੋਟੋ ਆ ਵੇਖ ਆ ਚੈੱਕ ਕਰੋ ਇਹ ਤੁਹਾਡੀ ਲੱਗੀ ਹੋਈ ਆ ਫੋਟੋ ਲਿਆ ਕਰੋ ਮੇਰਾ ਵੀਰ ਦਵਾਓ ਇਨਸਾਫ ਉਹਦਾ ਮਾਂ ਪਾਪ ਮਰਦਾ ਫਿਰਦਾ ਵਿਚਾਰਾ ਸਿੱਧੂ ਮੂਸੇ ਵਾਲਾ ਤਾਂ ਉਹਦਾ ਤਾਂ ਇੱਕ ਦਿਨ ਕਤਲ ਹੋਇਆ ਉਹਦੇ ਮਾਂ ਬਾਪ ਦਾ ਡੇਲੀ ਕਤਲ ਹੁੰਦਾ ਤੇ ਜਿੱਦੇ ਆ ਆ ਤੁਹਾਡਾ ਬਿਆਨ ਵੀ ਪਹ ਆ ਤੁਹਾਡੀ ਬੋਲੀ ਵੀ ਪਹੁੰਚੀ ਹੋਣੀ ਆ ਮੇਰੇ ਯਾਰ ਮੰਤਰੀ ਸਾਰੇ ਤੇ ਉਹ ਉਹਦੇ ਵੀ ਉਹਨਾਂ ਦਾ ਕਤਲ ਹੋਇਆ ਪਰ ਕੀ ਹੁਣ ਇਨਸਾਫ ਮਿਲੂਗਾ ਕੀ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਮਾਰਿਆ ਪਿਆ ਓ ਤੁਸੀਂ ਕਹਿ ਦੋ ਤੂੰ ਵੀ ਕਿਸਾਨਾਂ ਦਾ ਪੁੱਤ ਆ ਕਹਿ ਕੁਛ ਨਾ ਕੁਛ ਇਹ ਨਾ ਮੈਂ ਸਾਰੇ ਮੰਤਰੀਆਂ ਨੂੰ ਬੇਨਤੀ ਕਰਦਾ ਜਿਹੜੇ ਚੀਕਾਂ ਮਾਰੀ ਜਾਂਦੇ ਸੀ ਠੀਕ ਆ ਨੱਚਣਾ ਕੁੱਤਣਾ ਹੁੰਦਾ ਪਰ ਇਸ ਟਾਈਮ ਤੁਹਾਡੀ ਪੰਜਾਬ ਤੇ ਵੀ ਡਿਊਟੀ ਆ ਕੀ ਤੁਸੀਂ ਲਵਾ ਕਿਉ ਯਾਰ ਮੰਤਰੀ ਸਾਰੇ ਆ ਜਾ ਆ ਜਾ ਕੇ ਤੇ ਉਹ ਨਾ ਨਛਦੇ ਆ ਚੀਕਾਂ ਮਾਰਦੇ ਕੀ ਸਾਫਤ ਕਰਨਾ ਚਾਹੁੰਦੇ ਆ ਤੁਸੀਂ ਇਹ ਤੁਸੀਂ ਬਾਹਲੇ ਇੱਥੇ ਮਤਲਬ ਮੈਡਲ ਲੈ ਲੈ ਪੰਜਾਬ ਤੋਂ ਕੋਈ ਗੱਲ ਨਹੀਂ ਅਸੀਂ ਵੇਖਾਂਗੇ ਹੁਣ 2027 ਚ ਮੰਤਰੀ ਚੀਕਾਂ ਮਾਰਦੇ ਕਿ ਨਹੀਂ ਮਾਰਦੇ ਇਹ 2027 ਦੇ ਵਿੱਚ ਜਦੋਂ ਰਿਜ਼ਲਟ ਆਉਣਾ ਇਹ ਥੋੜੀਆਂ ਜਿਹੀਆਂ ਚੀਕਾਂ ਸੰਭਲੋ ਕਿਉਂਕਿ ਚੀਕਾਂ ਦੋ ਵਾਰੀ ਵਜਦੀਆਂ ਇੱਕ ਖੁਸ਼ੀਆਂ ਦੇ ਵਿੱਚ ਗਮੀਆਂ ਦੇ ਵਿੱਚ ਤੇ ਸਾਰੀਆਂ ਚੀਕਾਂ ਖੁਸ਼ੀ 'ਚ ਨਾ ਮਾਰ ਲਓ ਜੀ 2027 ਵਾਸਤੇ ਬਚਾ ਕੇ ਰੱਖੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਆਖੇ ਐਸਵਾਈਐਲ 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 ਜਿਨ੍ਹਾਂ ਨੇ ਐਸਵਾਈਐਲ ਦੇ ਸੈਣ ਕੀਤੇ ਆ ਉਹਨਾਂ ਦੇ ਹੁਣ ਜਿਹੜੇ ਜਾ ਕੇ ਧੀ ਪੁੱਤਰੇ ਜਿਹੜੇ ਕੱਲੋ ਪੁੱਤਰੇ ਜਾ ਕੇ ਪੁੱਤ ਜਿਹੜੇ ਪੁੱਤਰੇ ਆ ਉਹ ਜਾ ਕੇ ਅੱਜ ਕੱਲ ਗੱਲਾਂ ਮਾੜੀਆਂ ਕਈਆਂ ਦੇ ਐਸਵਾਈਐਲ ਨੂੰ ਜਿਨ੍ਹਾਂ ਨੇ ਸੈਨ ਕੀਤਾ ਉਹਨਾਂ ਦੇ ਪੋਤਰੇ ਪਰਪੋਤਰੇ ਹੁਣ ਗੱਲਾਂ ਕਰਦੇ ਐਸਵਾਈਐਲਸ ਤੇ ਸ਼ਾਬਾਸ਼ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿਰਪਾ ਕਰਕੇ ਬੇਨਤੀ ਆ ਤੁਹਾਨੂੰ ਹੁਣ ਇੰਨੀ ਇੱਕ ਗੱਲ ਯਾਦ ਰੱਖੋ ਕਿ ਅਮ੍ਰਿਤਮਾਨ ਜੀ ਪੰਜਾਬ ਦੇ ਜੇਕਰ ਤੁਸੀਂ ਇਹਨੇ ਵੀ ਕੰਮ ਹੋਇਆ ਫੋਨ ਮਾਰਦੀ ਕੰਮ ਮੈਨੂੰ ਹੈਗਾ ਕਿ ਸਿੱਧੂ ਮੂਸੇ ਵਾਲਾ ਜਿਹੜਾ ਕਦੇ ਤੁਹਾਡਾ ਫਰੈਂਡ ਹੁੰਦਾ ਸੀ ਉਹਨਾਂ ਦੇ ਮਾਪੇ ਰੋਲਦੇ ਫਿਰਦੇ ਆ ਉਹਨਾਂ ਨੂੰ ਇਨਸਾਫ ਦੀ ਕੋਈ ਪੁੱਛੋ ਉਹਨਾਂ ਨੂੰ ਕੀ ਸਿਸਟਮ ਆ ਕੀ ਨਹੀਂ ਉਹ ਆਖਰ ਨੂੰ ਜਦੋਂ ਇਹ ਦੁਨੀਆ ਛੱਡ ਕੇ ਜਾਣ ਇੱਕ ਦਿਨ ਸਾਰਿਆਂ ਨੇ ਜਾਣਾ ਪਰ ਉਹਨਾਂ ਨੂੰ ਮੜਾ ਜਾ ਦੁਖੀ ਹੋ ਕੇ ਨਾ ਜਾਣ ਹੋ ਦੁਖੀ ਤਾਂ ਬਹੁਤ ਆ ਪਰ ਉਦੋਂ ਥੋੜਾ ਜਿਹਾ ਉਹਨਾਂ ਦੇ ਮਨ 'ਚੇ ਹੌਸਲਾ ਹੋਵੇ ਵੀ ਹਾਂ ਸਾਡੇ ਪੁੱਤ ਦੇ ਜਿਹੜੇ ਉਹ ਜਿਨ੍ਹਾਂ ਨੇ ਕਤਲ ਕੀਤਾ ਵੀ ਉਹ ਸਾਹਮਣੇ ਆ ਕੇ ਜਿਨ੍ਹਾਂ ਨੇ ਕਰਵਾਇਆ ਕਰਨ ਵਾਲੇ ਨਹੀਂ ਜਿਨ੍ਹਾਂ ਨੇ ਕਰਵਾਇਆ ਉਹ ਸਾਹਮਣੇ ਆ ਗਏ ਇਹ ਜੇਕਰ ਲੋਕਾਂ ਨੂੰ ਗੱਲ ਸਹੀ ਲੱਗੇ ਤਾਂ ਭਾਈ ਇਹਨਾਂ ਤੱਕ ਪਚਾ ਦਿਓ ਜੇ ਨਹੀਂ ਤਾਂ ਪਰੇ ਮਾਰੋ ਜੇ ਗੱਲ ਨੂੰ ਦੂਜਾ ਨੰਬਰ ਜਿਹੜੇ ਮੰਤਰੀ ਚੀਕਾਂ ਮਾਰਦੇ ਆ ਚਾਹੇ ਉੱਥੇ ਖੇਡ ਮੰਤਰੀ ਹੋਵੇ ਚਾਹੇ ਉੱਥੇ ਉਹ ਆਪਣਾ ਸਿਹਤ ਮੰਤਰੀ ਹੋਵੇ ਚਾਹੇ ਕੋਈ ਹੋਰ ਮੰਤਰੀ ਹੋਵੇ ਮਹਿਕਮੇ ਦਾ ਆਪਦੇ ਆਪ ਦੇ ਮਹਿਕਮਿਆਂ ਦੇ ਵਿੱਚ ਵੇਖੋ ਸਾਰੇ ਮਹਿਕਮਿਆਂ ਦੀਆਂ ਚੀਕਾਂ ਨਿਕਲੀਆਂ ਪਈਆਂ ਤੇ ਤੁਸੀਂ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਚੀਕਾਂ ਮਾਰਦੇ ਆ ਠੀਕ ਆ ਵਿਆਹ ਹੋਇਆ ਮੰਨਦੇ ਸੀ ਤਰ ਤੁਹਾਡੇ ਜਿਹੜਾ ਆਪਣਾ ਜਿਹੜੇ ਮੁੱਖ ਮੰਤਰੀ ਆ ਤੁਹਾਡੇ ਵਿਆਹ ਤੋਂ ਇੱਕ ਦਿਨ ਪਹਿਲਾਂ ਨਾਲ ਦੇ ਪਿੰਡਾਂ ਦੇ ਸਾਰਿਆਂ ਦੇ ਅਸਲੇ ਜਮ੍ਹਾਂ ਕਰਵਾਤੇ ਉੱਥੇ ਜਿਹੜੀ ਪੈਲਸ ਦੇ ਵਿੱਚ ਵਿਆਹ ਸੀਗਾ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਫਿਰ ਕਿਤੇ ਦੂਜੇ ਤੀਜੇ ਦਿਨੋਂ ਉਹਨਾਂ ਨੂੰ ਅਸਲੇ ਮਿਲੇ ਆ ਲਾਇਸੈਂਸ ਹੀ ਅਸਲੇ ਜੇ ਪੁੱਛਣ ਵਾਲਾ ਹੋਵੇ ਜਿਨ੍ਹਾਂ ਦੇ ਜਮ੍ਹਾਂ ਆਏ ਆ ਉਹਨਾਂ ਨੇ ਸ਼ੌਂਕ ਨੂੰ ਥੋੜਾ ਲਏ ਆ ਉਹਨਾਂ ਨੇ ਮਜਬੂਰੀਆਂ ਨੂੰ ਲਏ ਆ ਜੇਕਰ ਉੱਤੇ ਉਹਨਾਂ ਦਾ ਕੋਈ ਘੁੱਗੂ ਪਾਰ ਕਰ ਜਾਂਦਾ ਕੌਣ ਜ਼ਿੰਮੇਵਾਰ ਸੀ ਭਗਵੰਤਮਾਨ ਤਾਂ ਕਹਿੰਦਾ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਇਹ ਮਾੜਾ ਕਿ ਆ ਕਿ ਤੂੰ ਸਾਰ ਦਿੰਨੇ ਬਸ ਉਹ ਬਸ ਆਪ ਹੀ ਤਾਂ ਗੱਲ ਸੁਣਾਈ ਸੀ ਉਹ ਕਿਸੇ ਨੇ ਉਂਗਲ ਲਾ ਕੇ ਆਂਦਾ ਸੀ ਉੱਤੇ ਮੱਖੀ ਆ ਗਈ ਚੂਹਾ ਕੁੱਤਾ ਆ ਗਿਆ ਬਿੱਲੀ ਆ ਗਈ ਬਾਅਦ ਦੇ ਵਿੱਚ ਟਟੋ ਹੋ ਗਿਆ ਦੁਕਾਨਦਾਰ ਕਿ ਉਹ ਜਿਹੜਾ ਜਿਹੜਾ ਕੋਈ ਮਤਲਬ ਆਇਆ ਸੀ ਬੰਦਾ ਉਂਗਲ ਲਾਉਣ ਵਾਲਾ ਕਿ ਪਰੇ ਗਿਆ ਤੋ ਅਹੀ ਗੱਲ ਹੈ ਤੁਸੀਂ ਤਾਂ ਪਰੇ ਜਾਵਰਨਾ ਸੀਗਾ ਸਿਆਪੇ ਤਾਂ ਲੋਕਾਂ ਨੂੰ ਪੈ ਗਿਆ ਸੀ ਫਿਰ ਵੀ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ